ਅੱਜਕੱਲ ਚੱਲ ਰਿਹਾ ਸ਼ੁਭ ਦੀ ਗੱਲ ਹੈ ਹਾਂਜੀ ਪਤਾ ਹੋਣਾ ਸਾਰਿਆਂ ਨੂੰ ਕੀ ਚੱਲ ਰਿਹਾ ਉਹਦੇ ਬਾਰੇ ਤਾਂ ਡਿਗੀ ਰਹੇ ਆ ਵੀਰੇ ਸਹੀ ਹੈ ਸ਼ੁਭ ਪੰਜਾਬੀ ਹੈ ਵੀਰੇ ਅਸੀਂ ਤਾਂ ਉਹਦੇ ਨਾਲ ਸਪੋਰਟ ਕਰਾਂਗੇ ਹਮੇਸ਼ਾ ਗਲਤ ਦਾ ਕੁਝ ਕੀਤਾ ਨਹੀਂ ਵੀਰੇ ਜਾਨ ਨਹੀਂ ਲਿਖਿਆ ਬਸ ਮਾਈਂਡਸੈਟ ਹੀ ਇਦਾਂ ਦਾ ਬਣ ਗਿਆ ਵੀ ਕੋਈ ਗੱਲ ਨੂੰ ਜ਼ਿਆਦਾ ਹੀ ਡਿਗਰੇਡ ਕਰ ਦਿੰਦੇ ਨੇ ਲੋਕ ਹਨਾ ਇਸ ਲਈ ਸ਼ੁਭ ਕਿਤੇ ਗਲਤ ਨਹੀਂ ਆ ਭਰਾ ਆਪਣਾ ਹਨਾ ਆਪਾਂ ਨਾਲ ਖੜੇ ਆ ਪੰਜਾਬੀ ਆ ਪੰਜਾਬੀ ਅੱਧੀ ਜਿਹੜਾ ਵੀ ਬੰਦਾ ਗੱਲ ਕਰੂਗਾ ਅਸੀਂ ਉਹਦੇ ਨਾਲ ਜਿਵੇਂ ਸ਼ੁਭਦੀਪ ਸਿੰਘ ਮੂਸੇ ਵਾਲਾ ਬਾਈ ਸੀਗਾ ਬਿਲਕੁਲ ਸ਼ੁਭਦੀਪ ਹੀ ਇਹਦਾ ਵੀਰੇ ਦਾ ਨਾਮ ਆ ਹਨਾ ਸ਼ੁਭ ਦਾ ਉਹ ਸੱਚ ਵੀ ਆ ਨੰਗਾ ਮੌਤ ਨੰਗੀ ਨੱਚਦੀ ਝੂਠ ਹੰਡੇ ਬਾਲਾ ਏ ਜੀ ਛੋਟੀ ਸੱਚ ਦੀ ਸਿਆਸਤਾਂ ਨੇ ਖਾਲੇ ਕਿੰਨੇ ਪੁੱਤ ਮਾਵਾਂ ਦੇ ਸੁਣ ਸੁਣ ਕਿਸੇ ਸੀਨੇ ਅੱਗ ਮੱਚਦੀ ਹੈ ਲੋਕਾਂ ਵਾਂਗੂ ਦੋਗਲੇ ਨਾ ਹੋਣ ਜਿਹੜੇ ਭੱਜਦੇ ਨੇ ਇਕੱਲੇ ਖੜਦੇ ਅੰਨੇ ਹੋ ਗਏ ਸੱਚ ਨਹੀਂ ਉਹ ਦੇਖਦਾ ਨੀ ਝੂਠ ਹੀ ਆ ਵੇਖਦਾ ਨੀ ਅਕਲਾਂ ਤੇ ਪੈ ਗਏ ਪਰਦੇ ਅੰਨੇ ਹੋ ਗਏ ਸੱਚ ਨਹੀਂ ਉਹ ਦੇਖਦਾ ਨੀ ਝੂਠ ਹੀ ਆ ਵੇਖਦਾ ਨੀ ਅਕਲਾਂ ਤੇ ਪੈ ਗਏ ਪਰਦੇ ਮੜੀਆਂ ਵਿੱਚ ਮੇਲਾ ਲੱਗ ਜਾਣਾ ਜਦ ਇੱਕ ਤੇ ਕੀ ਮੇਰੇ ਪਾਉਣਾ ਏ ਉਹ ਕਹਿੰਦੀ ਤੂੰ ਕਦ ਮਰਨਾ ਮੈਂ ਚਿੱਟਾ ਸੂਟ ਸਵਾਉਣਾ ਏ ਯਾਦ ਤੇਰੀ ਤੇਰੇ ਨਾਲ ਫੂਕ ਕੇ ਕਰ ਮੈਂ ਨਵਾਂ ਵਸਾਉਣਾ ਏ ਮੈਨੂੰ ਰਹਿੰਦੀ ਆ ਉਡੀਕ ਕਦੋਂ ਹਵੇ ਤੇਰੀ ਕਾਲ ਛੇਤੀ ਪੁੱਛਾਂ ਕਿਵੇਂ ਮੇਰੀ ਜਾਨ ਦਾ ਏ ਹਾਲ ਥੋੜਾ ਟਾਈਮ ਰੁਕ ਤੇਰੇ ਕੋਲ ਆਜੂ ਮੈਂ ਹੱਥ ਫੜ ਤੇਰਾ ਕੈਨੇਡਾ ਮੈਂ ਘੁੰਮੂ ਤੇਰੇ ਨਾਲ ਅੱਖਾਂ ਨਾਲ ਗੱਲਾਂ ਸਾਰੀ ਰਾਤ ਕਰਾਂਗੇ ਰਾਜੀ ਉਮਰਾਂ ਲਈ ਤੇਰਾ ਜਸ ਯਾਰ ਬਣੂਗਾ ਇਸ਼ਕੇ ਚ ਐਸਾ ਕੁਝ ਕਰ ਜਾਣਾ ਮੈਂ ਹੈ ਨੀ ਜੱਗ ਤੇ ਮਿਸਾਲ ਸਾਡਾ ਪਿਆਰ ਬਣੂਗਾ ਕੋਈ ਫੀਮੇਲ ਆਰਟਿਸਟ ਹੋ ਜੀ ਨਹੀਂ ਉਹ ਤੇ ਰੀਲ ਨਾ ਪਾਈ ਹੋਊਗੀ ਤੇ ਬੰਦੇ ਦੀ ਫੇਸ ਵੈਲਿਊ ਥੋੜੀ ਘੱਟ ਨਹੀਂ ਬਣੀ ਆ ਵੈਸੇ ਜਿੰਨੀ ਕਿ ਬਣੀ ਆ ਪਰ ਜਿੰਨਾ ਉਹ ਗਾਣਾ ਚੱਲਿਆ ਉਹ ਫੇਸ ਵੈਲਿਊ ਉਹਦੀ ਬਹੁਤ ਜ਼ਿਆਦਾ ਬਣਨੀ ਚਾਹੀਦੀ ਸੀ ਵੀਰੇ ਪਰ ਵੀਰੇ ਨਾਮ ਆਪਣਾ ਮੇਰੇ ਕੋਲ ਕਾਬਿਲ ਗਿੱਲ ਵੀਰੇ ਹਾਂਜੀ ਕਾਬਿਲ ਗਿੱਲ ਕਾਬਿਲ ਗਿੱਲ ਜਸ ਯਾਰ ਜਸ ਯਾਰ ਸੁਣਿਆ ਸੁਣਿਆ ਕਿਤੇ ਬਿੱਲਾ ਕਰੇ ਵਾਲਾ ਬਿੱਲਾ ਕਰੇ ਵਾਲਾ ਕਿਹੜੇ ਕਿੱਥੇ ਕੰਮ ਕਰਦੇ ਹੋ ਤੁਸੀਂ ਮੈਂ ਪ੍ਰੋਡਿਊਸਰ ਹਾਂ ਕਿੱਥੇ ਬੜੂ ਕਿਹੜਾ ਚੈਨਲ ਆਪਣਾ ਕਿਹੜਾ ਹੋਇਆ ਮੇਰੇ ਕੋਲ ਦੋ ਚੈਨਲ ਆਈ ਇੱਕ ਤਾਂ ਦੇਸੀ ਮਿਊਜ਼ਿਕ ਦੇਸੀ ਮਿਊਜ਼ਿਕ ਠੀਕ ਹੈ ਡਾਰਕ ਬੀਟ ਡਾਰਕ ਬੀਟ ਹਾਂਜੀ ਡਾਰਕ ਬੀਟ ਓਨਰ ਹੈ ਡਾਰਕ ਬੀਟ ਨਵਾਂ ਲਿਆ ਚੈਨਲ ਹੈ ਜਿਵੇਂ ਹੁਣੇ ਅੱਛਾ ਡਾਰਕ ਬੀਟ ਨਵਾਂ ਲਿਆ ਮੈਂ ਪਹਿਲਾਂ ਵੀ ਮੇਰੇ ਸਾਨੂੰ ਕਿਸੇ ਕੋਲ ਸੀ ਡਾਰਕ ਓਜੀ ਰੈਕਟ ਵੀ ਖੋਲਿਆ ਹੋਇਆ ਮੇਰਾ ਓਜੀ ਰੈਕਟ ਕਿਆ ਬਾਤ ਹੈ ਤੁਹਾਡੇ ਕੋਲ ਸਾਈਨ ਹੈ ਭਾਈ ਇਹ ਹਾਂਜੀ ਕਿਆ ਬਾਤ ਹੈ ਚਾਰ ਆਰਟਿਸਟ ਹੈ ਕਿਹੜੇ ਕਿਹੜੇ ਭਾਈ ਕਾਬਲ ਗਿੱਲ ਹਨੀ ਰਮਾਣਾ ਅਮਨ ਟੇਕਾ ਕੋਲੇ ਖੜਾ ਤੂੰ ਵੀ ਸਿੰਗਰ ਹੋ ਅਮੀਰ ਬੰਦਾ ਟਕਰਿਆ ਤੇ ਭਾਈ ਗਾਣਾ ਫਿਰ ਯਾਰ ਮੈਂ ਹੋਰ ਕੁਝ ਨਹੀਂ ਕਹੂੰਗਾ ਬਈ ਗਾਣਾ ਤੁਹਾਨੂੰ ਸੁਣਾ ਦਿੰਦਾ ਜਣਾ ਆਪਣਾ ਸੁਣਾਓ ਕੋਈ ਉਹ ਸੱਚ ਵੀ ਆ ਨੰਗਾ ਮੌਤ ਨੰਗੀ ਨੱਚਦੀ ਝੂਠ ਹੰਡੇ ਬਾਲਾ ਏ ਜੀ ਛੋਟੀ ਸੱਚ ਦੀ ਸਿਆਸਤਾਂ ਨੇ ਖਾਲੇ ਕਿੰਨੇ ਪੁੱਤ ਮਾਵਾਂ ਦੇ ਸੁਣ ਸੁਣ ਕਿਸੇ ਸੀਨੇ ਅੱਗ ਮੱਚਦੀ ਹੈ ਲੋਕਾਂ ਵਾਂਗੂ ਦੋਗਲੇ ਨਾ ਹੋਣ ਜਿਹੜੇ ਭੱਜਦੇ ਨੇ ਇਕੱਲੇ ਖੜਦੇ ਅੰਨੇ ਹੋ ਗਏ ਸੱਚ ਨਹੀਂ ਉਹ ਦੇਖਦਾ ਨੀ ਝੂਠ ਹੀ ਆ ਵੇਖਦਾ ਨੀ ਅਕਲਾਂ ਤੇ ਪੈ ਗਏ ਪਰਦੇ ਅੰਨੇ ਹੋ ਗਏ ਸੱਚ ਨਹੀਂ ਉਹ ਦੇਖਦਾ ਨੀ ਝੂਠ ਹੀ ਆ ਵੇਖਦਾ ਨੀ ਅਕਲਾਂ ਤੇ ਪੈ ਗਏ ਪਰਦੇ ਬਾਈ ਦੂਜਾ ਜਿਹੜਾ ਭਾਈ ਕਹਿੰਦੇ ਕੈਨੇਡਾ ਵਾਲਾ ਉਹ ਵੀ ਆਣ ਕੋਲੈਬੋਰੇਟ ਤੁਹਾਡੇ ਨਾਲ ਕਿਹਦੇ ਨਾਲ ਕਿੱਧਰ ਮਾਰਾ ਇਹ ਬਈ ਮੇਰੀ ਵਾਈਫ ਤੇ ਲਿਖਿਆ ਇਹਨੇ ਅੱਛਾ ਕੀ ਬਾਤ ਹਾਂ ਵਾਈਫ ਕਿਸੇ ਲਈ ਵਾਈਫ ਵਾਈਫ ਠੀਕ ਹੈ ਹਾਂ ਅੱਛਾ ਅੱਛਾ ਕੀ ਬਾਤ ਹੈ ਲੰਮੇ ਫੜ ਲੈਣਾ ਕੋਈ ਨੀ ਕੋਈ ਗੱਲ ਨੀ ਥੋੜਾ ਦੂਰ ਰੱਖੀ ਮਾਈਕ ਹੀ ਫੜਨੇ ਦੂਰ ਰੱਖੀ ਥੋੜਾ ਜਿਹਾ ਮੈਨੂੰ ਰਹਿੰਦੀ ਆ ਉਡੀਕ ਕਦੋਂ ਹਵੇ ਤੇਰੀ ਕਾਲ ਛੇਤੀ ਪੁੱਛਾਂ ਕਿਵੇਂ ਮੇਰੀ ਜਾਨ ਦਾ ਏ ਹਾਲ ਥੋੜਾ ਟਾਈਮ ਰੁਕ ਤੇਰੇ ਕੋਲ ਆਜੂ ਮੈਂ ਹੱਥ ਫੜ ਤੇਰਾ ਕੈਨੇਡਾ ਮੈਂ ਘੁੰਮੂ ਤੇਰੇ ਨਾਲ ਅੱਖਾਂ ਨਾਲ ਗੱਲਾਂ ਸਾਰੀ ਰਾਤ ਕਰਾਂਗੇ ਰਾਜੀ ਉਮਰਾਂ ਲਈ ਤੇਰਾ ਜਸ ਯਾਰ ਬਣੂਗਾ ਇਸ਼ਕੇ ਚ ਐਸਾ ਕੁਝ ਕਰ ਜਾਣਾ ਮੈਂ ਹੈ ਨੀ ਜੱਗ ਤੇ ਮਿਸਾਲ ਸਾਡਾ ਪਿਆਰ ਬਣੂਗਾ ਇਸ਼ਕੇ ਚ ਐਸਾ ਕੁਝ ਕਰ ਜਾਣਾ ਮੈਂ ਹੈ ਨੀ ਜੱਗ ਤੇ ਮਿਸਾਲ ਸਾਡਾ ਪਿਆਰ ਬਣੂਗਾ ਇਹ ਰਿਲੀਜ਼ ਹੋ ਗਏ ਦੋਨੋਂ ਕੇ ਹਲੇ ਹੋਣੇ ਆ ਸਾਰੇ ਰਿਲੀਜ਼ ਨੇ ਰੈਡੀ ਹੋ ਰਹੀਆਂ ਕਰ ਰਹੇ ਆ ਵਰਕ ਕਰ ਰਹੇ ਆ ਸਾਰੇ ਆ ਜੱਟ ਮੈਂ ਮਾਸਟਰ ਮਿਸਟਿੰਗ ਸਾਰਾ ਕੁਝ ਹੋ ਚੁੱਕਾ ਆ ਨਾ ਆਰਟਿਸਟਾਂ ਦੇ ਵਰਕ ਕਰ ਰਹੇ ਆ ਜਿਨ੍ਹਾਂ ਨੇ
ਵੀ ਡਾਟਾ ਇਕੱਠਾ ਕਰ ਰਹੇ ਆ ਹਾਂ ਕਿ ਕੀ ਬਾਤ ਹੈ ਕੀ ਬਾਤ ਹੈ ਮਤਲਬ ਹਲੇ YouTube ਤੇ ਨਹੀਂ ਆਇਆ ਹੈ YouTube ਤੇ ਹੈ ਨਹੀਂ ਪਾ ਸਕਦੇ ਹੋ ਤਾਂ ਵੈਸੇ ਕੋਈ ਦਿੱਕਤ ਨਹੀਂ ਨਾ ਹਣਾ ਫੇ ਠੀਕ ਆ ਉਹ ਬ੍ਰਾਹਮਣ ਕੋ ਸਟ੍ਰਾਈਕ ਪੈ ਜਾਂਦੀ ਹੈ ਸਾਈਨ ਮੇਰੇ ਕੋਲ ਮੈਂ ਸਟ੍ਰਾਈਕ ਮਾਰੂੰਗਾ ਤਾਂ ਹੀ ਹੋਊਗਾ ਠੀਕ ਹੈ ਠੀਕ ਹੈ ਤੇ ਭਾਈ ਅੱਜ ਕੱਲ ਨਾ ਜਰੂਰ ਜਰੂਰ ਇਹ ਤੋਂ ਪਹਿਲਾਂ ਇੱਕ ਕਿਹੜਾ जनरेशन ही ऐदा दी बन गई है असीं पग्गा बन ही नहीं सकते पता नहीं साडी आप दी मत नहीं कुछ होया हुआ पता नहीं की हो सकता हां जो अपना माहौल ही ऐदा दा बन गया गुरु घर जरूर जाने वीरे शरदा साडे दिल च ना साडा भी जी करदा पग्ग बन्नीए ਹੁਣ ਕਈ ਵਾਰ ਸਿਚੁਏਸ਼ਨ ਹੀ ਇਦਾਂ ਦੀ ਹੋ ਜਾਂਦੀ ਆ ਹੁਣ ਮੈਂ ਸਕੂਲ ਟਾਈਮ ਪੜ੍ਹਦਾ ਹੁੰਦਾ ਸੀਗਾ ਸਕੂਲ ਟਾਈਮ 'ਚ ਪਤਾ ਕੀ ਹੁੰਦਾ ਸੀ ਮੇਰਾ ਜੂੜਾ ਹੁੰਦਾ ਸੀ ਉਸ ਟਾਈਮ ਝੂਠ ਨਹੀਂ ਮਾਰਦਾ ਵੀਰੇ ਹਨਾ ਇੱਥੇ ਆਪਾਂ ਮੀਡੀਆ ਦੇ ਸਾਹਮਣੇ ਮੇਰਾ ਜੂੜਾ ਹੁੰਦਾ ਕੇਸ ਹੁੰਦੇ ਸੀਗੇ ਮੈਂ ਲੜ ਪਿਆ ਕਿਸੇ ਨੇ ਜੂੜਾ ਖੋਲਤਾ ਯਾਰ ਮੇਰਾ ਹਨਾ ਲੜ ਪਏ ਸੱਚ ਮੈਂ ਵੀ ਉਹਦੇ ਛੰਡੀਆਂ ਦੀ ਸੇਲੀ ਸੁਲੀ ਇੱਥੋਂ ਪਾਟੀ ਬਾਬਾ ਬਾਬਾ ਕੰਜਰ ਕਲੇਸ਼ ਹੋਇਆ ਹਨਾ ਘਰਦੇ ਵੀ ਆਏ ਬਾਬਾ ਉਹ ਕੰਜਰ ਕਲੇਸ਼ ਛੜਿਆ ਉਦੋਂ ਸਾਲਾ ਮਨ ਕੀਤਾ ਵੀ ਮੈਂ ਕੇਸ ਦੀ ਬੇਅਦਬੀ ਕਿਉਂ ਕੀਤੀ ਯਾਰ ਹਨਾ ਉਹ ਮੁੰਡੇ ਨੂੰ ਸਾਹਮਣੇ ਵਾਲੇ ਦੇ ਵੀ ਜੂੜਾ ਸੀ ਉਹਦਾ ਵੀ ਖੁੱਲਿਆ ਮੇਰਾ ਵੀ ਖੁੱਲਿਆ ਠੀਕ ਆ ਦੋਨਾਂ ਦੀ ਬੇਅਦਬੀ ਹੋਈ ਦੋਨਾਂ ਦੀ ਬੇਅਦਬੀ ਮੇਰੀ ਵੀ ਗਲਤੀ ਸੀ ਉਹਦੀ ਵੀ ਗਲਤੀ ਚਲੋ ਨਿਆਣਪੁਣਾ ਸੀਗਾ ਉਹਦਾ ਸਾਲਾ ਮਨ ਚ ਪਤਾ ਨਹੀਂ ਕੀ ਆਇਆ ਮੈਂ ਕਟਾਤਾ ਯਾਰ ਹੁਣ ਸਾਲਾ ਫੀਲ ਹੁੰਦਾ ਵੀ ਆਉਣ ਵਾਲੇ ਟਾਈਮ ਚ ਮੈਂ ਪੱਗ ਬੰਨੂੰਗਾ ਮੈਂ ਜੂੜਾ ਰੱਖੂੰਗਾ ਹੁਣ ਮੇਰਾ ਮਾਡਲਿੰਗ ਦਾ ਥੋੜਾ ਜਿਹਾ ਹੈਗਾ ਵੀ ਮੈਂ ਮਾਡਲਿੰਗ ਕਰਨਾ ਚਾਹੁੰਦਾਗਾ ਹਨਾ ਜਦੋਂ ਮੈਂ ਮਾਡਲਿੰਗ ਚ ਆਉਦਾ ਸਕਸੈਸਫੁਲ ਹੋ ਗਿਆ ਵਧੀਆ ਇਨਕਮ ਆਪਦੀ ਵਧੀਆ ਬਣਾ ਲਈ ਉਹਦੇ ਬਾਅਦ ਮੈਂ ਸਰਦਾਰ ਜ਼ਰੂਰ ਬਣੂੰਗਾ ਸਭ ਸੂਰਤ ਪੋਜੀਸ਼ਨ ਚ ਹੈ ਸਰਦਾਰ ਵਾਲੀ ਜਾਵਾਂ ਪੂਰੀ ਪ੍ਰੋਪਰ ਅੰਮ੍ਰਿਤ ਛੱਕ ਕੇ ਪੂਰਾ ਵਧੀਆ ਵੀਰੇ ਆਪਦੀ ਸਿੱਖੀ ਸਦਕ ਨਾਲ ਜੁੜੂੰਗਾ ਵੀਰੇ ਕੀ ਆਵਾਜ਼ ਹੈ ਤੇ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਸ਼ੁਭ ਵੀਰੇ ਕਿਤੇ ਵੀ ਗਲਤ ਨਹੀਂਗਾ ਸ਼ੁਭ ਮਤਲਬ ਠੀਕ ਹੈ ਪੰਜਾਬੀ ਆ ਉਹਨੂੰ ਕਰਨਾ ਚਾਹੀਦਾ ਹਨਾ ਵੀ ਇਹ ਕੁਛ ਕੁ ਆਪਣਾ ਹੁਣ ਮਾਈਂਡ ਸੈਟ ਹੀ ਇਦਾਂ ਦਾ ਬਣ ਗਿਆ ਵੀ ਕੋਈ ਗੱਲ ਨੂੰ ਜ਼ਿਆਦਾ ਹੀ ਡੀਗ੍ਰੇਡ ਕਰ ਦਿੰਦੇ ਨੇ ਲੋਕ ਹਨਾ ਇਸ ਲਈ ਸ਼ੁਭ ਕਿਤੇ ਗਲਤ ਨਹੀਂ ਆ ਭਰਾ ਆਪਣਾ ਹਨਾ ਆਪਾਂ ਨਾਲ ਖੜੇ ਆ ਪੰਜਾਬੀ ਆ ਪੰਜਾਬੀ ਅੱਧੀ ਜਿਹੜਾ ਵੀ ਬੰਦਾ ਗੱਲ ਕਰੂਗਾ ਅਸੀਂ ਉਹਦੇ ਨਾਲ ਹਮੇਸ਼ਾ ਹਨਾ ਸਰਕਾਰਾਂ ਦਾ ਬਹੁਤ ਕੁਛ ਕਹਿੰਦੀਆਂ ਨੇ ਜੀ ਹਨਾ ਆਪਾਂ ਕਿਸੇ ਪਿੱਛੇ ਥੋੜੀ ਲੱਗਾਂਗੇ ਆਪਾਂ ਨੂੰ ਜੋ ਆਪਣੇ ਆਪ ਨੂੰ ਠੀਕ ਲੱਗਦਾ ਆਪਾਂ ਉਹ ਕਰਾਂਗੇ ਬਾਕੀ ਸ਼ੋਭ ਨੂੰ ਸਾਰਿਆਂ ਨੇ ਸਪੋਰਟ ਕਰੋ ਹਨਾ ਤੇ ਬਹੁਤ ਚੰਗਾ ਆਰਟਿਸਟ ਆ ਉਹ ਆਉਣ ਵਾਲਾ ਜਿਵੇਂ ਸ਼ੁਭਦੀਪ ਸਿੰਘ ਮੂਸੇ ਵਾਲਾ ਬਾਈ ਸੀਗਾ ਸ਼ੁਭਦੀਪ ਹੀ ਇਹਦਾ ਵੀਰੇ ਦਾ ਨਾਮ ਆ ਹਨਾ ਸ਼ੁਭ ਦਾ ਮੈਂ ਕਹਿੰਦਾ ਵਧੀਆ ਲੈ ਆਪਾਂ ਉਹਦਾ ਦਰਜਾ ਨਹੀਂ ਦੇ ਸਕਦੇ ਸ਼ੁਭ ਨੂੰ ਪਰ ਲਿਖਤ ਬਾ ਕਮਾਲ ਆ ਉਹਦਾ ਪੋਜੀਸ਼ਨ ਨਹੀਂ ਲੈ ਸਕਦਾ ਚੱਲ ਅੱਜ ਉਹ ਹੈ ਨਹੀਂ ਆਪਣੇ ਵਿੱਚ ਸ਼ੁਭ ਵੀਰਾ ਹਨਾ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਵੀਰਾ ਹਨਾ ਹੈ ਨਹੀਂਗਾ ਪਰ ਜਦੋਂ ਆ ਜਿਵੇਂ ਕਹਿ ਦਈਏ ਵੀ ਆਪਾਂ ਦੋਨਾਂ ਨੂੰ ਕੰਪੇਅਰ ਕਰੀਏ ਇੱਕੋ ਲਾਈਨ ਤੇ ਤੁਰੇ ਬੰਦੇ ਆ ਬਈ ਵਾਹ ਵਾਹ ਬਿਲਕੁਲ ਸਹੀ ਗੱਲ ਵੀਰੇ ਹਾਂਜੀ ਤੇ ਉਹ ਅੱਜ ਕੱਲ ਥੋੜਾ ਕੈਨੇਡੀਅਨ ਤੁਹਾਨੂੰ ਪਤਾ ਹੋਵੇ ਕੈਨੇਡਾ ਇੰਡੀਆ ਦਾ ਜਿਹੜਾ ਚੱਲ ਰਿਹਾ ਪਤਾ ਵੀਰੇ ਕੈਨੇਡਾ ਇੰਡੀਆ ਦਾ ਚੱਲ ਰਿਹਾ ਤੇ ਉਹਦਾ ਉਹਦਾ ਵੀਜ਼ੇ ਬੰਦ ਕਰਤੇ ਉਹਦਾ ਕੁਝ ਪਤਾ ਹੋਵੇ ਉਸ ਬਾਰੇ ਵੀਰੇ ਵੀਜ਼ੇ ਬੰਦ ਕਰਤੇ ਸਹੀ ਮੈਨੇਜ ਤਾਂ ਆਪਣੀਆਂ ਸਰਕਾਰਾਂ ਦੀ ਗਲਤੀ ਹੈ ਵੀਰੇ ਮੈਂ ਤਾਂ ਆਪਣੀ ਸਰਕਾਰਾਂ ਦੀ ਗਲਤੀ ਮੰਨੂ ਹੁਣ ਆਪਣੇ ਬੱਚੇ ਇੱਥੇ ਤਾਂ ਰੋਜ਼ਗਾਰ ਦੇ ਨਹੀਂ ਰਹੇ ਕਿਸੇ ਨੂੰ ਠੀਕ ਆ ਮੈਂ ਵੀ ਮੇਰਾ ਪੰਜਾਬ ਪੁਲਿਸ ਦਾ ਪੇਪਰ ਕਲੀਅਰ ਸੀ ਵੀਰੇ ਠੀਕ ਆ ਅੱਜ ਦੇ ਟਾਈਮ 'ਚ ਚੱਲ ਮੈਂ ਪ੍ਰੋਡਿਊਸਰ ਦੇ ਤੌਰ ਤੇ ਮੈਂ ਆਪਦਾ ਕੰਮ ਕਰ ਰਿਹਾ ਹਨਾ ਪਰਸਨਲੀ ਕੰਮ ਕਰ ਰਿਹਾ ਆਪਦਾ ਮੇਰਾ ਮੇਰਾ ਪੇਪਰ ਕਲੀਅਰ ਸੀਗਾ ਕੋਟਾ ਜਿਹੜਾ ਮੰਨਦਾ ਸੀ ਸਾਡਾ ਸਾਰਾ ਕੁਝ ਕਲੀਅਰ ਸੀਗਾ ਸਿਫਾਰਸ਼ੀ ਰੱਖਿਆ ਬਈ ਇਹਨਾਂ ਨੇ ਮੇਰੇ ਨਾਲ ਕੁੜੀ ਸੀਗੀ ਤੇ ਉਹਦਾ ਪੇਪਰ ਕਲੀਅਰ ਹੋ ਗਿਆ ਉਹਨਾਂ ਕੋਲ ਪੈਸਾ ਸੀ ਕਹਿੰਦੀ ਮੈਂ 8 ਲੱਖ ਰੁਪਇਆ ਦਿੱਤਾ ਫਲਾਣੇ ਬੰਦੇ ਨੂੰ ਦਿੱਤਾ ਮੈਂ ਨਾਂ ਨਹੀਂ ਲੈਣਾ ਚਾਹੂੰਗਾ ਚਲੋ 8 ਲੱਖ ਰੁਪਇਆ ਲੈ ਕੇ ਉਹਨਾਂ ਨੇ ਕੁੜੀ ਰੱਖ ਲਈ ਬਈ ਉਹ ਮੇਰੇ ਕੋਲ ਉਸ ਟਾਈਮ ਪੈਸੇ ਵੀ ਸੀਗੇ ਪਰ ਸਾਡਾ ਜ਼ਮੀਰ ਨਹੀਂ ਮੰਨੀ ਵੀ ਯਾਰ ਪੈਸੇ ਦੇ ਕੇ ਵਰਦੀ ਕੋ ਜਦੋਂ ਮੈਂ ਸਾਰਾ ਕੁਝ ਮਿਹਨਤ ਨਾਲ ਕੀਤਾ ਪੇਪਰ ਲੁਧਿਆਣੇ ਮੇਰਾ ਪੇਪਰ ਹੋਇਆ ਸੀਗਾ ਸਾਰਾ ਕੁਝ ਕਲੀਅਰ ਕੀਤਾ ਵੀਰੇ ਤੇ ਸਾਡੀ ਨੌਕਰੀ ਕਿਉਂ ਨਹੀਂ ਦਿੱਤੀ ਗਈ ਪੈਸੇ ਹੀ ਚੱਲਦੇ ਆ ਪੈਸਾ ਚੱਲਦਾ ਰਨਿੰਗ ਟਾਈਮ ਮੇਰਾ ਨੰਬਰ ਨਹੀਂ ਦਿੱਤਾ ਉਹਨਾਂ ਨੇ ਜੋ ਨੰਬਰ ਆਉਣਾ ਹੁੰਦਾ ਸਰਕਾਰਾਂ ਪੈਸਾ ਨਾਮ ਨਹੀਂ ਆਉਂਦਾ ਜਾਂ ਕੁਝ ਹੋਰ ਬਹੁਤ ਕੁਝ ਹੋ ਜਾਂਦਾ ਵੀਰੇ ਸਰਕਾਰਾਂ ਤੇ ਬਿੱਲੇ ਬਈ ਗਾਣਾ ਬਿੱਲੇ ਬਈ ਬਿੱਲੇ ਬਈ ਗਾਣਾ ਸੁਣਾਓ ਵੀਰੇ ਕੁਲਵਿੰਦਰ ਬਿੱਲਾ ਕਹਿਣ ਲੱਗਾ ਬਿੱਲਾ ਕਰੇ ਵਾਲਾ ਇਹ ਤੁਹਾਡਾ ਮੇਰਾ ਗੀਤ ਆਇਆ ਸੀ ਜਿਹੜਾ ਆਇਆ ਹੋਇਆ ਉਹੀ ਵਾਲਾ ਕਾਫੀ ਬਾਅਦ ਉਸ ਤੋਂ ਬਾਅਦ ਕੁਝ ਨਵਾਂ ਨਵਾਂ ਸੁਣਾ ਦੇ ਕਹਿੰਦਾ ਦੋਨੋਂ ਹੀ ਗੀਤ ਜਿਹੜਾ ਰਿਲੀਜ਼ ਹੋਇਆ ਸੀ ਕਾਫੀ ਵਧੀਆ ਚੱਲਿਆ ਉਹ ਲਾਸ਼ ਮੇਰੀ ਦੀ ਖਬਰ ਤੂੰ ਸੁਣ ਕੇ ਹੁਬ ਹੁਬ ਕਮਲੀਏ ਉੱਠੇਗੀ ਕਿੱਥੇ ਤੁਰ ਗਿਆ ਬਿੱਲਾ ਮੇਰਾ ਬੇਬੇ ਨੂੰ ਤੂੰ ਪੁੱਛੇਗੀ ਉਹਨੇ ਵੀ ਰੋ ਰੋ ਕਹਿਣਾ ਗਰੇਆਲ ਨੇ ਨਾ ਮੁੜੇ ਆਉਣਾ ਏ ਉਹ ਕਹਿੰਦੀ ਤੂੰ
कद मरना मैं चिट्टा सूट सवाना है, मड़िया विच मेला लग जाना, जद हिक ते की मेरे पौना है। ओ कहंदी तू कद मरना मैं चिट्टा सूट सवाना है, याद तेरी तेरे नाल फूक के कर मैं नवा वसाना है। पागल हां मैं कुछ करना जावा, इश्कां दा रोग गाने दा नाम दीप चंबल, ओह भी ट्रेंडिंग। मैं कहना बॉलीवुड दी कोई फीमेल आर्टिस्ट नहीं जिनी उत्ते रील ना पाई होगी, बंदे दी फेस वैल्यू थोड़ी घट नहीं बनी है वैसे जिन्नी की बनी है, पर जितना गाना चले फेस वैल्यू ओदी बहुत ज्यादा बननी चाहिए सी। जरूर जरूर इसका रोग कैंट गाना सारे ने सुनया होगा, सपोर्ट करूगा मेरा बड़ा भाई है, सुनया जरूर, भी अपना ही मुंडा जी। करिए फिर समाप्ति इथे, ठीक है, ओके, सब्सक्राइब कर दियो जी, सब्सक्राइब कर दियो।